ਹਾਂਜੀ ਸਾਰੀਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਹਰੀਕਾ ਜੌਬ ਅਲਰਟ ਤੇ ਦੋਸਤੋ ਜੇਕਰ ਤੁਸੀਂ ਚੈਨਲ ਨੂੰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ ਤੇ ਦੋਸਤੋ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸੰਗਰੂਰ ਵਿਖੇ ਪੋਸਟਾਂ ਆਈਆਂ ਸੀਗੀਆਂ 36 ਪੋਸਟਾਂ ਆਈਆਂ ਸੀ ਕਲਰਕ ਦੀਆਂ ਐਡ ਹੌਕ ਬੇਸਿਸ ਦੇ ਉੱਤੇ ਤੇ ਕਾਫੀ ਕੈਂਡੀਡੇਟ ਨੇ ਇਹਦੇ ਲਈ ਅਪਲਾਈ ਕੀਤਾ ਹੋਇਆ ਤੇ ਇਹਦੀ ਸਭ ਤੋਂ ਪਹਿਲਾਂ ਦੱਸ ਦਵਾਂ ਕਿ ਇਹਦੀ ਐਗਜ਼ਾਮ ਡੇਟ ਜਾਰੀ ਹੋ ਚੁੱਕੀ ਹੈ ਇਦੇ ਲਈ ਪਹਿਲਾਂ ਵੀ ਫਾਰਮ ਭਰੇ ਗਏ ਸੀ 31 1 2020 ਦੇ ਦੌਰਾਨ ਵੀ ਭਰੇ ਗਏ ਸੀ ਫਾਰਮ ਤੇ 3 11 2021 ਇਸ ਸਮੇਂ ਦੇ ਦੌਰਾਨ ਵੀ ਫਾਰਮ ਭਰੇ ਗਏ ਆ ਤਾਂ ਦੋਨੋਂ ਵਾਰ ਮਤਲਬ ਭਾਵੇਂ ਦੋਨਾਂ 'ਚ ਕਿਸੇ ਵੀ ਵਾਰ ਕੈਂਡੀਡੇਟ ਨੇ ਅਪਲਾਈ ਕੀਤਾ ਤਾਂ ਉਹ ਐਲੀਜੀਬਲ ਹੈ ਨਾ ਪੋਸਟਾਂ ਦੇ ਲਈ ਤੇ ਇਹਦਾ ਜਿਹੜਾ ਹੁਣ ਐਗਜ਼ਾਮ ਹੋਣ ਜਾ ਰਿਹਾ ਜਿਵੇਂ ਐਗਜ਼ਾਮ ਸ਼ਡਿਊਲ ਦੀ ਗੱਲ ਕਰੀਏ ਜਿਨ੍ਹਾਂ ਦਾ ਨਾਮ A ਤੋਂ ਲੈ ਕੇ R ਤੱਕ ਹੈ ਉਹਨਾਂ ਦਾ ਜਿਹੜਾ ਡੇਟ ਆਫ ਟੈਸਟ ਹੈ 16/1/2022 ਸਵੇਰੇ 10 ਵਜੇ ਉਹਨਾਂ ਨੇ ਭਾਈ ਗੁਰਦਾਸ ਗਰੁੱਪ ਆਫ ਇੰਸਟੀਟਿਊਸ਼ਨਜ਼ 메ਨ ਪਟਿਆਲਾ ਰੋਡ ਸੰਗਰੂਰ ਵਿਖੇ ਪਹੁੰਚਣਾ ਤੇ ਜਿਨ੍ਹਾਂ ਦਾ ਨਾਮ S ਤੋਂ ਲੈ ਕੇ Z ਤੱਕ ਹੈ ਉਹਨਾਂ 16/1/22 ਸਵੇਰੇ 10 ਵਜੇ ਵਸੰਤ ਵੈਲੀ ਪਬਲਿਕ ਸਕੂਲ ਧੂਰੀ ਰੋਡ ਵਿਲੇਜ ਲੱਡਾ ਸੰਗਰੂਰ ਤਾਂ ਇੱਥੇ ਪਹੁੰਚਣਾ ਤੇ ਇਸ ਤੋਂ ਪਹਿਲਾਂ ਦੱਸ ਦਵਾਂ ਕਿ ਜੋ ਵੀ ਇਹਦਾ ਐਗਜ਼ਾਮ ਦਾ ਪੈਟਰਨ ਹੈ ਉਹਦੀ ਗੱਲ ਕਰੀਏ ਤਾਂ ਰਿਟਨ ਟੈਸਟ ਇਹਦਾ ਹੋਣਾ ਪਹਿਲਾਂ ਤੁਹਾਡਾ ਜੀਦੇ ਵਿੱਚ ਤੁਹਾਨੂੰ ਇੰਗਲਿਸ਼ ਕੰਪੋਜੀਸ਼ਨ ਦੇ 50 ਮਾਰਕਸ ਦੀ ਇੰਗਲਿਸ਼ ਕੰਪੋਜੀਸ਼ਨ ਆਣੀ ਹੈ ਤੇ ਜਨਰਲ ਨੋਲੇਜ ਆਣੀ ਹੈ ਤੁਹਾਨੂੰ 50 ਮਾਰਕਸ ਦੀ ਕੁਆਲੀਫਾਈਇੰਗ ਮਾਰਕਸ 33% ਈਚ ਹੈ ਭਾਵ ਕਿ ਈਚ ਸੈਕਸ਼ਨ ਦੇ ਵਿੱਚੋਂ ਤੁਹਾਡੇ 33% ਮਾਰਕਸ ਹੋਣੇ ਜ਼ਰੂਰੀ ਹੈ ਭਾਵ ਕਿ ਲਗ ਪਾਕਿਸਤਾਨ ਵੱਤੀ ਅੰਗਰੇਜ਼ੀ ਦੇ ਵਿੱਚੋਂ ਲੈਣੇ ਆ 17 ਜੀਕੇ ਦੇ ਵਿੱਚੋਂ ਲੈਣੇ ਜ਼ਰੂਰੀ ਹੈ ਇਹ ਨਹੀਂ ਹੈ ਕਿ 17 ਤੁਸੀਂ ਲੈ ਲੇਤਾ ਤੁਸੀਂ ਸਿਲੈਕਟ ਹੋ ਜਾਓਗੇ ਨੋ ਇਹ ਸਿਰਫ ਮਿਨੀਮਮ ਜਿਹੜੇ ਕੱਟ ਆਫ ਮਾਰਕਸ ਨੇ ਮਿਨੀਮਮ ਕੁਆਲੀਫਾਈਇੰਗ ਮਾਰਕਸ ਨੇ ਇਹ ਜਿਹੜੇ ਤੁਹਾਡੇ 33% ਈਚ ਸੈਕਸ਼ਨ ਦੇ ਵਿੱਚ ਹੋਣੇ ਚਾਹੀਦੇ ਆ ਇਸ ਤੋਂ ਇਲਾਵਾ ਜੇ ਅੱਗੇ ਗੱਲ ਕਰੀਏ ਤਾਂ ਸਾਡੇ ਕੋਲ ਇਹਦੇ ਬਹੁਤ ਹੀ ਵਧੀਆ ਜਿਹੜੇ ਉਮਦਾ ਨੋਟਸ ਮਿਲ ਜਾਣਗੇ ਜੋ ਇਹਦਾ ਪੈਟਰਨ ਹੈ ਉਹਦੇ ਆਧਾਰ ਤੇ ਜਿਵੇਂ ਜੀਕੇ ਮਿਲ ਜੇਗੀ ਤੁਹਾਨੂੰ ਜਿਹਦੇ ਵਿੱਚ ਸਟੈਟਿਕ ਜੀਕੇ ਪਲੱਸ ਪੰਜਾਬ ਜੀਕੇ ਤੇ ਉਸ ਤੋਂ ਇਲਾਵਾ ਇੰਗਲਿਸ਼ ਦੇ ਵਿੱਚ ਜੋ-ਜੋ ਵੀ ਤੁਹਾਨੂੰ ਆਉਂਦਾ ਜਿਵੇਂ ਪੈਰਾਗ੍ਰਾਫ ਹੁੰਦਾ ਉਹਦਾ ਤੁਹਾਨੂੰ ਇੱਕ ਸੈਂਪਲ ਦੇ ਦਾਂਗੇ ਮਤਲਬ ਉਹਦੇ ਵਿੱਚ ਕਾਫੀ ਤੁਹਾਨੂੰ ਪੈਰਾਗ੍ਰਾਫਸ ਮਿਲ ਜਾਣਗੇ ਠੀਕ ਹੈ ਜਿਹਦੀ ਤੁਸੀਂ ਟਰਾਂਸਲੇਸ਼ਨ ਕਰਨੀ ਹੁੰਦੀ ਹੈ ਉਸ ਤੋਂ ਇਲਾਵਾ ਬਾਕੀ ਜੋ ਇੰਗਲਿਸ਼ ਦੇ ਕੁਐਸਚਨ ਹੁੰਦੇ ਆ ਉਹ ਮਿਲ ਜਾਣਗੇ ਕੰਪਰੀਹੈਂਸ਼ਨ ਵਗੈਰਾ ਦੇ ਚਾਉਣਾ ਹੁੰਦਾ ਉਹ ਚੀਜ਼ ਵੀ ਦਵਾਂਗੇ ਤਾਂ ਸਾਰੀ ਚੀਜ਼ ਇਹਦੇ ਵਿੱਚ ਦਵਾਂਗੇ ਜੋ ਵੀ ਪੈਟਰਨ ਦੇ ਆਧਾਰ ਤੇ ਦਵਾਂਗੇ ਜੋ ਵੀ ਪੇਪਰ ਦੇ ਵਿੱਚ ਆਉਂਦਾ ਠੀਕ ਹੈ ਉਸ ਤਰ੍ਹਾਂ ਦਾ ਪੈਟਰਨ ਹੋਏਗਾ ਤਾਂ ਕਿ ਤੁਸੀਂ ਉੱਥੇ ਜਾ ਕੇ ਬਿਲਕੁਲ ਇਹਨੂੰ इजीली ਇਹਨੂੰ ਹੈਂਡਲ ਕਰ ਸਕੋ ਤੇ ਇਹਦੇ ਤੇ ਇਹਦੇ ਜਿਹੜੇ ਨੋਟਸ ਆ ਤੁਹਾਨੂੰ ਪੀਡੀਐਫ ਫਾਰਮ ਫਾਰਮੈਟ ਦੇ ਵਿੱਚ ਮਿਲ ਜਾਣਗੇ ਨੰਬਰ ਸਾਡਾ ਇਸ ਵੀਡੀਓ ਦੇ ਡਿਸਕ੍ਰਿਪਸ਼ਨਸ ਦਿੱਤਾ ਹੋਇਆ ਜਿੱਥੇ ਜਾ ਕੇ ਤੁਸੀਂ ਸੰਪਰਕ ਕਰ ਸਕਦੇ ਹੋ WhatsApp ਨੰਬਰ ਦਿੱਤਾ WhatsApp ਤੇ ਸੰਪਰਕ ਕਰ ਸਕਦੇ ਹੋ ਨੋਟਸ ਪੀਡੀਐਫ ਫਾਰਮ ਦੇ ਵਿੱਚ ਲੈ ਸਕਦੇ ਹੋ ਕਿਉਂਕਿ ਥੋੜੇ ਦਿਨ ਰਹਿ ਗਿਆ 16 ਦਿਨ ਤੁਹਾਡਾ ਐਗਜ਼ਾਮ ਹੈ 15 ਦਿਨ ਹੁਣ ਬਾਕੀ ਆ ਤੇ ਇਹਦਾ ਅੱਗੇ ਵੀ ਤੁਹਾਨੂੰ ਗਾਈਡ ਗਾਈਡੈਂਸ ਇਹਦੀ ਪ੍ਰੋਪਰ ਦਵਾਂਗੇ ਕਿ ਰਿਟਨ ਟੈਸਟ ਤੋਂ ਬਾਅਦ ਇਹਦੇ ਵਿੱਚ ਕੈਂਡੀਡੇਟ ਸ਼ਾਰਟਲਿਸਟ ਕੀਤੇ ਜਾਂਦੇ ਆ ਅੱਗੇ ਤੁਹਾਡਾ ਕੰਪਿਊਟਰ ਪ੍ਰੋਫੀਸ਼ੀਐਂਸੀ ਟੈਸਟ ਹੁੰਦਾ ਉਹਦੇ ਵਿੱਚ ਤੁਹਾਡਾ ਕੀ ਕੀ ਹੁੰਦਾ ਠੀਕ ਹੈ ਪੂਰੀ ਜਾਣਕਾਰੀ ਦਵਾਂਗੇ ਜਦੋਂ ਤੱਕ ਤੁਹਾਡਾ ਐਂਡ ਤੱਕ ਜੁਆਇਨਿੰਗ ਤੱਕ ਤਾਂ ਉਸ ਚੀਜ਼ ਦੇ ਲਈ ਸਾਨੂੰ ਸੰਪਰਕ ਕਰ ਸਕਦੇ ਹੋ WhatsApp ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਗਿਆ ਤੇ ਇਹਦਾ ਜਿਹੜਾ ਹੁਣ ਅੱਗੇ ਲਿਸਟਾਂ ਵਗੈਰਾ ਨੇ ਪ੍ਰੋਵੀਜ਼ਨਲ ਐਲੀਜੀਬਲ ਕੈਂਡੀਡੇਟਸ ਦੀਆਂ ਲਿਸਟਾਂ ਨੇ ਰੋਲ ਨੰਬਰ ਵਗੈਰਾ ਜਿਹੜੇ ਨੇ ਉਹ ਲਿਸਟਾਂ ਜਾਰੀ ਹੋਣਗੀਆਂ ਥੋੜੇ ਸਮੇਂ ਦੇ ਵਿੱਚ ਵੈਬਸਾਈਟ ਦੇ ਉੱਤੇ ਲਿਸਟਾਂ ਆ ਜਾਣਗੀਆਂ ਜਿਦੇ ਵਿੱਚ ਰਿਜੈਕਟਡ ਕੈਂਡੀਡੇਟਸ ਐਸ ਵੈਲ ਐਜ਼ ਜਿਹੜੇ ਵੀ ਪ੍ਰੋਵੀਜ਼ਨਲੀ ਐਲੀਜੀਬਲ ਕੈਂਡੀਡੇਟਸ ਨੇ ਉਹਨਾਂ ਦੀਆਂ ਲਿਸਟਾਂ ਆ ਜਾਣਗੀਆਂ ਉੱਥੇ ਤੁਸੀਂ ਆਪਣਾ ਰੋਲ ਨੰਬਰ ਵਗੈਰਾ ਸਾਰਾ ਆਪਣੀ ਡਿਟੇਲ ਵਗੈਰਾ ਚੈੱਕ ਕਰ ਲੈਣੀ ਹੈ ਜੇਕਰ ਕੋਈ ਉੱਥੇ ਓਬਜੈਕਸ਼ਨ ਵੀ ਤੁਹਾਡੇ ਫਾਰਮ ਤੇ ਲੱਗਿਆ ਹੋਇਆ ਉਹ ਵੀ ਚੈੱਕ ਕਰ ਲੈਣਾ ਉਹ ਵੀ ਤੁਹਾਨੂੰ ਸਮਾਂ ਉਹ ਦੇਣਗੇ ਇੱਕ ਦੋ ਦਿਨਾਂ ਦੇ ਵਿੱਚ ਉਹ ਤੁਸੀਂ ਓਬਜੈਕਸ਼ਨ ਵੀ ਕਲੀਅਰ ਕਰ ਸਕਦੇ ਹੋ ਜੇਕਰ ਕੋਈ ਲੱਗਿਆ ਤਾਂ ਤੇ ਇਹਦੇ ਲਈ ਇਹਨਾਂ ਨੇ ਦੱਸਿਆ ਕਿ ਵੈਨਿਊ ਦੇ ਉੱਤੇ ਤੁਸੀਂ 9 ਵਜੇ ਪਹੁੰਚ ਜਾਣਾ 1 ਘੰਟਾ ਪਹਿਲਾਂ ਪਹੁੰਚ ਤੇ ਆਪਣਾ オリジナル ਫੋਟੋ ਆਈਡੀ ਪ੍ਰੂਫ ਤੁਸੀਂ ਨਾਲ ਲੈ ਕੇ ਜਾਣਾ ਤੇ ਅਸ ਤੋਂ ਇਲਾਵਾ ਕੋਈ ਹੋਰ ਵੀ ਹੋਰ ਚੀਜ਼ ਨਾਲ ਚੱਕਣ ਦੀ ਕੋਈ ਲੋੜ ਨਹੀਂ ਆ ਤੇ ਲਿਸਟ ਦੇ ਵਿੱਚ ਨਾਮ ਦੇਖ ਕੇ ਫੇਰ ਜਾਣਾ ਜੇਕਰ ਤੁਹਾਨੂੰ ਉੱਥੇ ਪ੍ਰੋਵੀਜ਼ਨਲ एलिਜੀਬਲ ਦੇ ਵਿੱਚ एलिਜੀਬਲ ਕੀਤਾ ਹੋਏਗਾ ਤਾਂ ਤੁਸੀਂ ਉੱਥੇ ਪਹੁੰਚਣਾ ਅਦਰਵਾਇਜ਼ ਜੇਕਰ ਤੁਸੀਂ ਰਿਜੈਕਟਡ ਹੋ ਫੇਰ ਤੁਹਾਡਾ ਕੋਈ ਉੱਥੇ ਕੋਈ ਕੰਮ ਨਹੀਂ ਆ ਇਸ ਲਈ ਲਿਸਟਾਂ ਜ਼ਰੂਰ ਚੈੱਕ ਕਰਨੀਆਂ ਨੇ ਲਿਸਟਾਂ ਇੱਕ ਦੋ ਦਿਨਾਂ ਦੇ ਵਿੱਚ ਵੈਬਸਾਈਟ ਤੇ ਆ ਜਾਣਗੀਆਂ ਇਹਨਾਂ ਦੀ ਵੈਬਸਾਈਟ ਦਾ ਲਿੰਕ ਇੱਥੇ ਦੇ ਦਿੱਤਾ ਗਿਆ ਹੈ ਡਿਸਕ੍ਰਿਪਸ਼ਨ 'ਚ ਵੀ ਤੁਹਾਨੂੰ ਲਿੰਕ ਦੇ ਦਾਂਗੇ ਜਿੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਾਕੀ ਦੇ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਦੋਸਤੋ ਸਾਸਿਕ